ਝੁੰਬਲੀ ਅਨਾਜ ਮੰਡੀ 'ਚ ਉਸ ਵਕਤ ਹੰਗਾਮਾ ਮੱਚ ਗਿਆ ਜਦੋਂ ਕਿਸਾਨਾਂ ਦੀ ਫਸਲ ਖਰੀਦਣ ਵਾਲੇ ਆੜ੍ਹਤੀਆਂ ਦੁਆਰਾ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਤੁਲਾਈ ਭਾਰ ਨਾਲੋਂ ਜ਼ਿਆਦਾ ਕੀਤੀ ਜਾ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਪਿੰਡ ਝੁੰਬਾ ਦੀ ਅਨਾਜ ਮੰਡੀ 'ਚ 8 ਫਾਰਮਾਂ ਦੁਆਰਾ ਕਿਸਾਨਾਂ ਦੀ ਫਸਲ ਦੀ ਖਰੀਦ ਕੀਤੀ ਜਾ ਰਹੀ ਹੈ। ਉਹਨਾਂ ਵਿੱਚੋਂ 5 ਫਾਰਮਾਂ ਦੁਆਰਾ ਕਿਸਾਨਾਂ ਦੀ ਫਸਲ ਜ਼ਿਆਦਾ ਤੋਲ ਕੇ ਕਿਸਾਨਾਂ ਨੂੰ ਚੂਨਾ ਲਗਾਇਆ ਜਾ ਰਿਹਾ ਸੀ। ਜਦੋਂ ਕਿਸਾਨਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਭਾਰਤੀ ਕਿਸਾਨ ਯੂਨੀਅਨ ਦੁਆਰਾ ਇਸ ਚੋਰ ਬਾਜ਼ਾਰੀ ਦਾ ਵਿਰੋਧ ਕੀਤਾ ਗਿਆ ਅਤੇ ਧਰਨਾ ਨੁਮਾਇਸ਼ ਕਰਕੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਹੁਣ ਉਹਨਾਂ ਦੁਆਰਾ ਲਿਫਟਿੰਗ ਦਾ ਕੰਮ ਬੰਦ ਕਰ ਦਿੱਤਾ ਗਿਆ ਤੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ, ਪਰ ਕਿਸਾਨਾਂ ਕੋਲ ਕਿਸੇ ਵੀ ਅਧਿਕਾਰੀ ਨੇ ਪਹੁੰਚ ਕੇ ਸਾਰ ਨਾ ਲਈ। ਕਿਸਾਨਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਸਭ ਅਧਿਕਾਰੀਆਂ ਦੀ ਹੀ ਮਿਲੀ ਭੁਗਤ ਨਾਲ ਚੱਲ ਰਿਹਾ। ਇਸ ਦੇ ਨਾਲ ਹੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜੇਕਰ ਹਰ ਇੱਕ ਕਿਸਾਨ ਜਿਸ ਦੇ ਨਾਲ ਠੱਗੀ ਹੋਈ ਹੈ ਉਸਨੂੰ ਬਣਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਵੀ ਜਿਹੜਾ ਵੱਧ ਤੋਲਿਆ ਸਾਡਾ ਮਤਲਬ ਹੈਗਾ ਝੋਨਾ, ਉਹ ਜਿਹੜੀਆਂ ਫਰਮਾਂ ਨੇ ਮਤਲਬ ਤੂੰ ਪਹਿਲਾਂ ਤੋਲਤਾ ਝੋਨਾ ਜਿੰਨੀਆਂ ਬੋਰੀਆਂ ਉਹ ਸਾਰੇ ਦਾ ਉਸ ਹਿਸਾਬ ਨਾਲ ਮਤਲਬ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਦੂਜਾ ਇਹ ਹੈ ਵੀ ਉਹਨਾਂ ਫਰਮਾਂ ਦੇ ਮਤਲਬ ਜਿਹੜੇ ਲਾਇਸੈਂਸ ਆ ਉਹ ਰੱਦ ਕਰਨ ਅਤੇ ਮਤਲਬ ਬਿਲਕੁਲ ਉਹਨਾਂ ਦੇ ਰੱਦ ਹੋਣੇ ਚਾਹੀਦੇ ਜ਼ਿੰਦਗੀ ਭਰ ਵਾਸਤੇ। ਮਤਲਬ ਅੱਜ ਇੱਥੇ ਮੰਡੀ ਦਾ ਘਿਰਾਓ ਕੀਤਾ ਹੋਇਆ ਸੀ, ਨਾ ਲਿਫਟਿੰਗ ਹੋਣ ਦੇਣੀਆਂ ਨਾ ਕਿਸੀ ਮਤਲਬ ਉਨ੍ਹਾਂ ਚਿਰ ਇੱਥੇ ਲਗਾਤਾਰ ਰੱਖਾਂਗੇ। ਜੇ ਨਹੀਂ ਪ੍ਰਸ਼ਾਸਨ ਮਤਲਬ ਕੁਛ ਕਰਦਾ ਫਿਰ ਅਸੀਂ ਅਗਲਾ ਸੰਘਰਸ਼ ਵੀ ਲਿਖਾਂਗੇ ਆਉਣ ਵਾਲੇ ਦਿਨਾਂ 'ਚ, ਫਿਰ ਅਸੀਂ ਤਿੱਖਾ ਸੰਘਰਸ਼ ਵੀ ਹੋਰ ਕਰਕੇ। ਦੂਜੇ ਪਾਸੇ ਇੱਕ ਫਾਰਮ ਦੇ ਮਾਲਿਕ ਵੱਲੋਂ ਇਸ ਬਾਰੇ ਜਾਣਕਾਰੀ ਲਈ ਗਈ ਤਾਂ ਉਹ ਇਸ ਸਭ ਆਰੋਪਾਂ ਨੂੰ ਨਕਾਰਦੇ ਹੋਏ ਨਜ਼ਰ ਆਏ। ਕੋਈ ਵੱਧ ਨਹੀਂ ਤੋਲਿਆ ਜੀ, ਗੱਟੇ ਤੋਲੇ ਆ, ਕੋਈ ਥੋੜ੍ਹਾ ਬਹੁਤਾ ਗੱਟਾ, ਕੋਈ 150 ਗਰੰਦਾ ਦੇ ਆ, ਕੁਛ ਗੱਟੇ ਘੱਟ ਹੋਏ ਆ ਜੀ, ਕੋਈ ਵੱਧ ਨਹੀਂ ਤੋਲੇ। ਉੱਥੇ ਮੰਡੀ ਬੋਰਡ ਦੇ ਸੁਪਰਵਾਈਜ਼ਰ ਸ਼ਾਮ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਲੋਕਾਂ ਦੁਆਰਾ ਤੁਲਾਈ ਵਿੱਚ ਫਸਲ ਜ਼ਿਆਦਾ ਲਈ ਜਾ ਰਹੀ ਹੈ ਉਹਨਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਨੇ ਤੇ ਬੰਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਤੋਲ ਵੱਧ ਆ, ਜਾਂ ਤੋਲ ਚੈੱਕ ਕੀਤਾ ਇਹਨਾਂ ਨੇ? ਕਿੰਨਾ ਕਿੰਨਾ ਵੱਧ ਨਿਕਲਿਆ? ਸੈਟੀ ਸਾਹਿਬ ਨੇ ਤੋਲ ਚੈੱਕ ਕੀਤਾ ਸੀ ਕੱਲ੍ਹ ਜੀ, ਉਹ ਉਹਨੇ 5 ਫਰਮਾਂ ਦੇ ਤੋਲ ਚੈੱਕ 8 ਫਰਮਾਂ ਦੇ ਚੈੱਕ ਹੋਏ ਆ, 3 ਫਰਮਾਂ ਸਹੀ ਪਾਏ ਗਏ, 5 ਫਰਮਾਂ ਦੇ ਵਿੱਚੋਂ ਕੋਈ 100-150 ਗ੍ਰਾਮ ਕੋਈ ਹੋਰ ਜੋ ਵੀ ਹੈ ਉਹਨਾਂ ਕੋਲ। ਠੀਕ ਹੈ ਜੀ, ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ? ਸੈਟੀ ਸਾਹਿਬ ਵੱਲੋਂ ਨੋਟਿਸ ਜਾਰੀ ਕਰ ਦਿੱਤੇ ਇਹਨਾਂ ਦੇ ਵੱਧ ਫਰਮਾਂ ਦੇ ਆ ਜੀ, ਨੋਟਿਸ ਜਾਰੀ ਕਰ ਦਿੱਤਾ, 48 ਘੰਟਾ ਜਵਾਬ ਮੰਗਿਆ, ਜੋ ਕਾਰਵਾਈ ਅਗਲੀ ਕਾਰਵਾਈ ਹੋਊਗੀ ਉਹ ਸੈਟੀ ਸਾਹਿਬ ਹੈੱਡ ਦਾ ਡਿਪਾਰਟਮੈਂਟ ਕਰ। ਸਪੋਕਸਮੈਨ ਟੀਵੀ ਦੇ ਲਈ ਬਠਿੰਡਾ ਤੋਂ ਕੈਮਰਾਮੈਨ ਰਾਜੇਸ਼ ਕੁਮਾਰ ਦੇ ਨਾਲ ਜੁਗਨੂ ਸ਼ਰਮਾ ਦੀ ਰਿਪੋਰਟ।